ਸਾਡੇ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਪ੍ਰੀਤ ਕੌਰ, ਖਬਰਾਂ ਲੈ ਕੇ ਹਾਜ਼ਰ ਹਾਂ ਜੀ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇੱਕ ਪਾਸੇ ਤਾਂ ਰਾਹਤ ਮਿਲੀ, ਪਰ ਦੂਸਰੇ ਪਾਸੇ ਫਿਰ ਤੋਂ ਕਹਿੰਦੇ ਉਹਨਾਂ ਦੇ ਉੱਪਰ ਇੱਕ ਮਾਮਲਾ ਦਰਜ ਹੋ ਗਿਆ ਜੀ। ਬਿਲਕੁਲ ਜੀ ਬਿਲਕੁਲ ਹਰਮਨ ਜੀ, ਗੱਲ ਇਹ ਅਸਲ ਦੇ ਵਿੱਚ ਕਿ ਸੁਖਪਾਲ ਸਿੰਘ ਖਹਿਰਾ ਲਗਭਗ 3 ਮਹੀਨਿਆਂ ਤੋਂ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ, ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਕੱਲ੍ਹ ਮੌਕਾ ਮਿਲਣਾ ਸੀਗਾ, ਪਰ ਐਨ ਮੌਕੇ ਦੇ ਉੱਤੇ ਇੱਕ ਵਿੱਚ ਹੋਰ ਟੁੱਚਰ ਡਹਿ ਗਈ, ਜਾਂ ਕਹਿ ਦਈਏ ਇੱਕ ਹੋਰ ਪਰਚਾ ਦਰਜ ਹੋ ਗਿਆ, ਜਾਂ ਕਹਿ ਦਈਏ ਖਹਿਰੇ ਨੂੰ ਬਾਹਰ ਆਉਣ ਤੋਂ ਰੋਕ ਲਿਆ ਗਿਆ, ਪਰ ਉਹ ਜੇਲ੍ਹ ਦੇ ਵਿੱਚੋਂ ਹਾਲੇ ਕੋਈ ਦਿਨ ਹੋਰ ਬਾਹਰ ਨਹੀਂ ਆਉਣਗੇ, ਕਿਉਂਕਿ ਇਹ ਇੱਕ ਪੁਰਾਣਾ ਮਾਮਲਾ ਹੋਊਗਾ। ਇਹਦੇ ਵਿੱਚ ਜੀ ਇੱਕ ਦਿਨ ਦਾ ਰਿਮਾਂਡ ਆ ਜਿਹੜਾ ਉਹ ਪੁਲਿਸ ਦਾ ਹਾਸਲ ਹੋਇਆ, ਕਪੂਰਥਲੇ ਦੇ ਮੈਜਿਸਟਰੇਟ ਦੇ ਕੋਲੇ ਜਾ ਕੇ ਪੇਸ਼ ਕੀਤਾ ਗਿਆ ਸੁਖਪਾਲ ਸਿੰਘ ਖਹਿਰਾ ਨੂੰ। ਤੇ ਦੇਖੋ ਤੁਸੀਂ, ਕਮਾਲ ਦੀ ਗੱਲ ਇਹ ਆ ਵੀ 3 ਮਹੀਨੇ ਤੱਕ ਪੁਲਿਸ ਦੇ ਵੱਲੋਂ ਕੋਈ ਨਵਾਂ ਪਰਚਾ ਨਹੀਂ ਦਰਜ ਕੀਤਾ ਗਿਆ, ਤੇ ਜਦੋਂ ਹਾਈਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਵੀ ਭਾਈ NDPS ਦੇ ਮਾਮਲੇ ਦੇ ਵਿੱਚ ਖਹਿਰੇ ਨੂੰ ਜ਼ਮਾਨਤ ਮਿਲ ਗਈ ਹੈ, ਜ਼ਮਾਨਤ ਦੇ ਦਿੱਤੀ ਹੈ, ਤੇ ਮੀਡੀਆ ਦੇ ਵਿੱਚ ਖਬਰ ਆ ਗਈ ਵੀ ਭਾਈ ਸੁਖਪਾਲ ਸਿੰਘ ਖਹਿਰਾ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ, ਤੇ ਨਾਲ ਦੀ ਨਾਲ ਇਹ ਖਬਰ ਆ ਗਈ ਜੀ ਖਹਿਰੇ ਦੇ ਉੱਤੇ ਤੱਕ ਹੋਰ ਪਰਚਾ ਦਰਜ ਕਰ ਲਿਆ। ਹਾਲਾਂਕਿ ਮੈਂ ਫਿਰ ਇਹ ਗੱਲ ਕਹਿੰਦਾ, ਵਿਰੋਧੀ ਆ ਜਿਹੜੇ ਉਹ ਜੋ ਮਰਜ਼ੀ ਕਹਿਣ, ਪਰ ਜਿਹੜੇ ਨਿਰਪੱਖ ਲੋਕ ਆ ਉਹ ਇਹ ਗੱਲ ਕਹਿੰਦੇ ਕਿ ਸਰਕਾਰ ਨੂੰ ਆਹ ਕੁਝ ਨਹੀਂ ਕਰਨਾ ਚਾਹੀਦਾ। ਕਿੰਨੀ ਕੁ ਦੇਰ ਤੱਕ ਡੱਕ ਲਓਗੇ? ਜਿਹੜਾ ਪਰਚਾ ਦਰਜ ਹੈ ਜਿਵੇਂ ਅੰਦਰ ਦਿੱਤਾ ਹੈ ਉਹ ਤਾਂ ਚਲੋ ਦਿੱਤਾ ਹੈ, ਪਰ ਉਸ ਤੋਂ ਬਾਅਦ ਜੇ ਤੁਸੀਂ ਉਹਨੂੰ 10 ਦਿਨ, 5 ਦਿਨ, ਮਹੀਨਾ, 20 ਦਿਨ, ਹਫ਼ਤਾ ਤੁਸੀਂ ਉਹਨੂੰ ਹੋਰ ਰੱਖ ਲਓਗੇ, ਉਹਦੇ ਨਾਲ ਕੀ ਹੋ ਜਾਊਗਾ? ਸੋ ਇਹ ਸਰਕਾਰ ਦੇ ਵੱਲੋਂ ਜਿਹੜੀ ਇੱਕ ਗਲਤ ਗੱਲ ਕੀਤੀ ਜਾ ਰਹੀ ਹੈ ਲੋਕਾਂ ਦਾ ਇਹ ਕਹਿਣਾ, ਜੇ ਪੁਲਿਸ ਨੇ ਪਰਚਾ ਦਰਜ ਕਰਨਾ ਹੀ ਸੀ ਤਾਂ ਪਰਚਾ ਮਹੀਨਾ ਪਹਿਲਾਂ ਦਰਜ ਕਰ ਲੈਂਦੇ, ਪਰਚਾ ਹਫ਼ਤਾ ਪਹਿਲਾਂ ਦਰਜ ਕਰ ਲੈਂਦੇ, ਪਰ ਐਨ ਮੌਕੇ ਦੇ ਉੱਤੇ ਪਰਚਾ ਕਿਉਂ ਦਰਜ ਕੀਤਾ ਗਿਆ? ਇਹ ਇੱਕ ਸਵਾਲਾਂ ਦਾ ਸਵਾਲ ਹੈਗਾ। ਉਸ ਤੋਂ ਅਗਲੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ ਖਬਰਾਂ ਹੁਣ ਤੱਕ ਆਈਆਂ, ਉਹ ਖਬਰਾਂ ਮੇਰਾ ਖਿਆਲ ਆ ਵੀ ਕਾਂਗਰਸੀਆਂ ਨੂੰ ਵੀ ਸੋਚਣ ਲਈ ਮਜਬੂਰ ਕਰਨਗੀਆਂ ਵੀ ਭਾਈ ਸਾਨੂੰ ਗੱਠਜੋੜ ਦੇ ਵਿੱਚ ਅਸੀਂ ਸਫਲ ਹੋ ਸਕਦੇ ਕਿ ਨਹੀਂ, ਆਉਂਦੇ ਸਮੇਂ ਦੇ ਵਿੱਚ ਸਾਡਾ ਕੀ ਬਣ ਸਕਦਾ ਕੀ ਨਹੀਂ ਬਣ ਸਕਦਾ। ਸੋ ਇਹ ਸਾਰਾ ਕੁਝ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ, ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਬਣੇ ਹੋਏ ਆ, ਉਹ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਲਈ ਵੀ ਤੇ ਆਪ ਦੇ ਲਈ ਵੀ ਮਿਲਵਰਤਨ ਦੇ ਪੱਖ ਤੋਂ ਸ਼ੁਭ ਨਹੀਂ ਆ। ਕਿਉਂਕਿ ਜੇਕਰ ਆਪਾਂ ਇਹ ਗੱਲ ਕਰੀਏ ਗੱਠਜੋੜ ਕਰਕੇ ਚੱਲਣਾ, ਗੱਠਜੋੜ ਕਰਕੇ ਚੱਲਣਾ, ਗੱਠਜੋੜ ਕਰਕੇ ਚੱਲਣਾ, ਤਾਂ ਇਹਦੇ ਵਿੱਚ ਤਾਂ ਭਾਈ ਕੋਈ ਗੱਠਜੋੜ ਵਾਲੀ ਗੱਲ ਨਜ਼ਰ ਨਹੀਂ ਆਉਂਦੀ, ਇਹਦੇ ਵਿੱਚ ਤਾਂ ਸਿਰਫ ਕਲੇਸ਼ ਵਾਲੀ ਗੱਲ ਹੀ ਨਜ਼ਰ ਆਉਂਦੀ ਆ ਕਿ ਆਹ ਲਓ ਜੀ ਹੁਣ ਅਸੀਂ ਆਹ ਕਰਤਾ, ਆਹ ਲਓ ਜੀ ਹੁਣ ਅਸੀਂ ਆਹ ਕਰਤਾ, ਆਹ ਲਓ ਜੀ ਹੁਣ ਅਸੀਂ ਆਹ ਕਰਤਾ। ਸੋ ਵੇਖਦੇ ਭਾਈ ਕੀ ਬਣਦਾ। ਪਰ ਸੁਖਪਾਲ ਸਿੰਘ ਖਹਿਰੇ ਨੂੰ ਜਦੋਂ ਕੱਲ੍ਹ ਕਪੂਰਥਲੇ ਜੇ ਮੈਜਿਸਟਰੇਟ ਦੇ ਕੋਲ ਪੇਸ਼ ਕੀਤਾ ਗਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਜਾਂਦਿਆਂ ਹੋਇਆਂ ਇਹ ਗੱਲ ਕਹੀ ਆ ਕਿ ਸਰਕਾਰ ਦੇ ਜ਼ਬਰ ਦਾ ਡਟ ਕੇ ਮੁਕਾਬਲਾ ਕਰਾਂਗੇ, ਅਨੁਸ਼ਾਸਨ ਦੇ ਵਿੱਚ ਸਭ ਨੇ ਰਹਿਣਾ, ਸਰਕਾਰ ਧੱਕੇਸ਼ਾਹੀ ਕਰ ਰਹੀ ਆ। ਲੰਘੇ ਕੱਲ ਮਹਿਤਾਬ ਸਿੰਘ ਖਹਿਰਾ ਜਿਹੜੇ ਕਿ ਸੁਖਪਾਲ ਖਹਿਰਾ ਦੇ ਸਪੁੱਤਰ ਆ, ਉਹਨਾਂ ਨੇ ਵੀ ਪੋਸਟ ਪਾ ਕੇ ਇਹ ਗੱਲ ਕਹੀ ਆ ਕਿ ਮੇਰੇ ਪਿਤਾ ਨੂੰ ਨਿਸ਼ਾਨਾ ਬਣਾਇਆ ਗਿਆ, ਧੱਕਾ ਕੀਤਾ ਜਾ ਰਿਹਾ, ਪਰ ਚਿੰਤਾ ਨਹੀਂ ਕਰਨੀ, ਪਰਵਾਹ ਨਹੀਂ ਕਰਨੀ, ਜੋ ਵੀ ਇਹ ਕਰ ਰਹੇ ਆ ਉਹਦਾ ਅਸੀਂ ਸਿਰ ਤੋੜ ਮੁਕਾਬਲਾ ਕਰ ਰਹੇ ਹਾਂ, ਅਸੀਂ ਪਿੱਛੇ ਨਹੀਂ ਹਟਾਂਗੇ। ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਉਹਦੇ ਬਾਰੇ ਸਾਰੇ ਕੋਈ ਜਾਣਦੇ ਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਇਕੱਲੀ ਇਕੱਲੀ ਗੱਲ ਆ ਜਿਹੜੀ ਉਹਦਾ ਉੱਤਰ ਦੇਵਾਂਗੇ। ਤੇ ਅਗਲੀ ਗੱਲ ਇਹ ਵੀ, ਸੁਖਪਾਲ ਸਿੰਘ ਖਹਿਰਾ 3 ਮਹੀਨੇ ਤੋਂ ਬਾਅਦ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਕੁਝ ਘੰਟੇ ਦੇ ਲਈ, ਯਾਨੀ ਕਿ ਕਪੂਰਥਲੇ ਦੇ ਮੈਜਿਸਟਰੇਟ ਦੇ ਕੋਲੇ, ਤੇ ਉਹਨਾਂ ਦੀ ਦਾੜੀ ਬਿਲਕੁਲ ਚਿੱਟੀ ਦੁੱਧ ਰੰਗੀ ਹੋਈ ਵੀ ਆ, ਤੇ ਉਹਨਾਂ ਦਾ ਕਾਫੀ ਰੂਪ ਆ ਜਿਹੜਾ ਉਸ ਰੂਪ ਆ ਜਿਹੜਾ ਉਹ ਬਦਲਿਆ ਹੋਇਆ, ਪਰ ਉਹ ਚੜ੍ਹਦੀ ਕਲਾ ਦੇ ਵਿੱਚ ਸੀ। ਉਹਨਾਂ ਨੇ ਕਿਹਾ ਜੀ ਕਿ ਝੁਕਣ ਵਾਲਿਆਂ ਦੇ ਵਿੱਚੋਂ ਨਹੀਂ, ਜੋ ਸੱਚਾਈ ਹੈ ਉਹ ਸਭ ਦੇ ਸਾਹਮਣੇ ਆ ਜਾਣੀ ਹੈ। ਜੀ ਬਿਲਕੁਲ, ਪਟਿਆਲਾ ਸਾਹਿਬ ਜਿੱਥੇ ਤੱਕ ਗੱਠਜੋੜ ਦੀ ਗੱਲ ਹੈ ਜੀ, ਮੈਨੂੰ ਤਾਂ ਇਹ ਲੱਗਦਾ ਕਿ ਕਾਂਗਰਸ ਨੂੰ ਪਹਿਲਾਂ ਆਪਣੇ ਆਪ ਦੇ ਵਿੱਚ ਆਪਸ ਦੇ ਵਿੱਚ ਗੱਠਜੋੜ ਕਰਨ ਦੀ ਜ਼ਰੂਰਤ ਹੈ ਇਸ ਵੇਲੇ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਬਤ ਖਬਰ ਆ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਵੱਖਰੀਆਂ ਰੈਲੀਆਂ ਕਰਨਗੇ ਜੀ ਉਹ। ਬਿਲਕੁਲ ਜੀ, ਇਹ ਸਿੱਧੂ ਸਾਹਿਬ ਦੀ ਇੱਕ ਪੁਰਾਣੀ ਆਦਤ ਆ ਵੀ ਉਹਨਾਂ ਦੇ ਵੱਲੋਂ ਲੀਹ ਪਾੜ ਕੇ ਹਮੇਸ਼ਾ ਚੱਲਿਆ ਜਾਂਦਾ। ਉਹ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਕਿ ਪਾਰਟੀ ਦਾ ਭਲਾ ਹੀ ਮੇਰੇ ਇਸ ਅੰਦਾਜ਼ ਦੇ ਵਿੱਚ ਆ। ਉਹ ਹਮੇਸ਼ਾ ਹੀ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਕੁਝ ਗਲਤ ਨਹੀਂ ਕਰ ਰਿਹਾ, ਮੇਰੇ ਸਟਾਈਲ ਨੂੰ ਬਾਕੀ ਅਪਣਾਓ। ਇਹੀ ਸਟਾਈਲ ਪਾਰਟੀ ਦੇ ਲਈ ਤੇ ਦੇਸ਼ ਦੇ ਲਈ ਤੇ ਸੂਬੇ ਦੇ ਲਈ ਬਹੁਤ ਮਹੱਤਵਪੂਰਨ ਹੈਗਾ। ਹਾਲਾਂਕਿ ਜੇਕਰ ਉਹਨਾਂ ਦਾ ਸਟਾਈਲ ਮਹੱਤਵਪੂਰਨ ਹੋਵੇ ਤੇ ਜੇਕਰ ਲੋਕ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹੋਣ, ਤਾਂ ਭਾਈ ਉਹਨਾਂ ਨੇ ਐਤਕੀ ਚੋਣ ਜਿੱਤ ਜਾਣੀ ਸੀ, ਉਹਨਾਂ ਨੇ ਹਾਰਨਾ ਨਹੀਂ ਸੀ, ਵਿਧਾਇਕ ਨਹੀਂ ਉਹ ਬਣ ਸਕੇ। ਕਿਉਂਕਿ ਸਿੱਧੂ ਸਾਹਿਬ ਅਨੁਸ਼ਾਸਨ ਦੇ ਵਿੱਚ ਰਹਿਣ ਵਾਲੇ ਬੰਦੇ ਨਹੀਂ ਆ, ਨਾ ਉਹ ਅੱਗੇ ਲੱਗ ਕੇ ਤੁਰ ਸਕਦੇ ਆ, ਨਾ ਉਹ ਪਿੱਛੇ ਲੱਗ ਕੇ ਤੁਰ ਸਕਦੇ ਆ। ਅੱਗੇ ਉਹ ਤਾਂ ਨਹੀਂ ਲੱਗਦੇ ਗੇ ਕਿਉਂਕਿ ਕਿਸੇ ਨੂੰ ਨਾਲ ਤੋਰਨ ਦਾ ਵੱਲ ਹੈ ਨਹੀਂ, ਤੇ ਪਿੱਛੇ ਉਹ ਤਾਂ ਲੱਗਦੇ ਨਹੀਂ ਗੇ ਕਿਉਂਕਿ ਇੰਨਾ ਸਬਰ ਵੀ ਹੈ ਨਹੀਂ। ਉਹ ਬਰਾਬਰ ਤੁਰ ਕੇ ਲੱਤ ਦੇ ਵਿੱਚ ਲੱਤ ਅੜਾ ਕੇ ਨਾਲੇ ਆਪ ਡਿੱਗਦੇ ਨਾਲੇ ਦੂਜੇ ਨੂੰ ਡਿੱਗਦੇ
ਵੱਖਰੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਲੋਕ ਮਿਲਡਿੰਗਾਂ ਦਾ ਪ੍ਰੋਗਰਾਮ ਰੱਖਿਆ ਜਾਣਾ। ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਭਾਈ ਲੋਕ ਮਿਲਡਿੰਗਾਂ ਰੱਖੀਆਂ ਜਾ ਰਹੀਆਂ ਵੱਖ ਵੱਖ ਹਲਕਿਆਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਇਕੱਠ ਕਰਨੇ ਆ। ਹਾਲਾਂਕਿ ਨਾ ਉਹ ਵਿਧਾਇਕ ਆ, ਨਾ ਉਹ ਮੰਤਰੀ ਆ, ਨਾ ਉਹ MP ਆ, ਨਾ ਉਹ ਚੇਅਰਮੈਨ ਆ, ਉਹਨਾਂ ਨੇ ਲੋਕ ਮਿਲਡਿੰਗਾਂ ਲੋਕਾਂ ਨੂੰ ਮਿਲਣ ਦਾ ਇੱਕ ਜ਼ਰੀਆ ਬਣਾਉਣ ਦੀ ਗੱਲ ਕਹੀ ਆ। ਬੋਰਡਾਂ ਦੇ ਉੱਤੇ ਉਹਨਾਂ ਨੇ ਥੋੜ੍ਹੀ ਜਿਹੀ ਇਬਾਰਤ ਬਦਲ ਦਿੱਤੀ ਆ, ਹੁਣ ਲਿਖਿਆ ਉੱਤੇ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ। ਸੋ ਦੇਖਦੇ ਹਾਂ ਭਾਈ ਉਹ ਕੀ ਕਰਦੇ ਹੋਰ, ਪਰ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਦੀਆਂ ਇਹਨਾਂ ਰੈਲੀਆਂ ਦੇ ਵਿੱਚ, ਉਹਨਾਂ ਦੇ ਇਹਨਾਂ ਇਕੱਠਾਂ ਦੇ ਵਿੱਚ ਕੋਈ ਨੇਤਾ ਆਊਗਾ, ਪੰਜਾਬ ਕਾਂਗਰਸ ਦਾ ਕੋਈ ਸੀਨੀਅਰ ਨੇਤਾ ਆਊਗਾ, ਕਿਉਂਕਿ ਜਦੋਂ ਉਹ ਨਹੀਂ ਕਿਸੇ ਨੂੰ ਪਸੰਦ ਕਰਦੇ ਤੇ ਫਿਰ ਉਹਨਾਂ ਨੂੰ ਕੌਣ ਪਸੰਦ ਕਰੂਗਾ। ਇਸ ਵੇਲੇ ਹਾਲਾਤ ਇਹ ਆ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਲੀਡਰਸ਼ਿਪ, ਭਾਵੇਂ ਉਹ ਰੰਧਾਵਾ ਸਾਹਿਬ ਹੋਣ, ਬਾਜਵਾ ਸਾਹਿਬ ਹੋਣ, ਰਾਜਾ ਵੜਿੰਗ ਹੋਵੇ ਜਾਂ ਹੋਰ ਨੇਤਾ ਹੋਣ, ਉਹਨਾਂ ਨੂੰ ਕੁਛ ਨਹੀਂ ਸਮਝਦੇ। ਇਹ ਸਾਰੇ ਮਿਲ ਕੇ ਸਿੱਧੂ ਨੂੰ ਕੁਛ ਨਹੀਂ ਸਮਝਦੇ, ਇਹ ਇੱਕ ਦੂਜੇ ਨੂੰ ਟਿੱਚ ਜਾਣਨ ਵਾਲੀ ਗੱਲ ਹੈਗੀ ਆ। ਪਿਛਲੇ ਦਿਨੀ ਇਹ ਖਬਰ ਆਈ ਸੀ ਵੀ ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਾਏ ਦਵਿੰਦਰ ਯਾਦਵ, ਉਹਨਾਂ ਨੇ ਇਹ ਗੱਲ ਆਖੀ ਸੀ, ਕਹਿੰਦੇ ਜੀ ਦੇਖੋ ਗੱਲ ਤਾਂ ਇਹ ਆ ਬਈ ਅਸੀਂ 1-to-1 ਗੱਲ ਕਰਾਂਗੇ, ਗਿਲੇ ਸ਼ਿਕਵੇ ਦੂਰ ਕੀਤੇ ਜਾਣਗੇ। 1-to-1 ਗੱਲ ਦੇ ਵਿੱਚ ਕੀ ਹੋਣਾ, ਜਦੋਂ 1-to-1 ਗੱਲ ਕਰਦੇ ਹਾਂ ਉਦੋਂ ਗੱਲਾਂ ਹੋਰ ਹੁੰਦੀਆਂ, ਜਦੋਂ ਪਿੱਟ ਘੁਮਾ ਲੈਂਦੇ ਗੱਲਾਂ ਫਿਰ ਉਹ ਹੋ ਜਾਂਦੀਆਂ। ਕਿਉਂਕਿ ਜਿਹੜੇ ਮਸਲੇ, ਜਿਹੜੇ ਸ਼ਿਕਵੇ, ਜਿਹੜੇ ਗਿਲੇ, ਜਿਹੜੇ ਉਲਾਂਭੇ ਪੈਦਾ ਹੋਏ ਆ ਕਈ ਵਰ੍ਹਿਆਂ ਦੇ ਵਿੱਚ, ਉਹ 15 ਮਿੰਟਾਂ ਵਿੱਚ ਤਾਂ ਖਤਮ ਹੁੰਦੇ ਨਹੀਂ ਕਿਸੇ ਦੇ ਮਨ ਦੇ ਵਿੱਚੋਂ। ਸੋ ਸਿੱਧੂ ਸਾਹਿਬ ਨੂੰ ਜੇ ਆਹਮੋ ਸਾਹਮਣੇ ਬਿਠਾ ਕੇ ਵੀ ਗੱਲ ਕਰਨਗੇ, ਉਹਨਾਂ ਨੇ ਕੋਈ ਆਪਦੇ ਚਲੋ ਗਿਲੇ ਸ਼ਿਕਵੇ ਜ਼ਾਹਰ ਕਰਨਗੇ, ਪਰ ਬਾਅਦ ਦੇ ਵਿੱਚ ਉਸੇ ਟਰੈਕ ਦੇ ਉੱਤੇ ਫਿਰ ਆ ਜਾਂਦੇ ਹੁੰਦੇ ਆ। ਸੋ ਸਿੱਧੂ ਸਾਹਿਬ ਦੀਆਂ ਇਹਨਾਂ ਅਦਾਵਾਂ ਨੇ, ਸਿੱਧੂ ਸਾਹਿਬ ਦੀਆਂ ਇਹਨਾਂ ਗੱਲਾਂ ਨੇ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਕੀ ਬਣਾਇਆ ਕਾਂਗਰਸ ਦਾ ਆਪਾਂ ਜਾਣਦੇ ਹਾਂ। ਮੈਂ ਨਹੀਂ ਕਹਿੰਦਾ ਵੀ ਇਕੱਲੇ ਉਹਨਾਂ ਦੀ ਇਸ ਗੱਲ ਨਹੀਂ ਕਾਂਗਰਸ ਦਾ ਭੱਠਾ ਵਾਇਆ ਪੰਜਾਬ ਦੇ ਵਿੱਚ, ਕਾਰਨ ਹੋਰ ਵੀ ਬਹੁਤ ਸਾਰੇ ਹੈਗੇ ਆ, ਕਿਉਂਕਿ ਕਾਂਗਰਸ ਨੇ ਕੰਮ ਕੋਈ ਨਹੀਂ ਕੀਤਾ, ਕਾਂਗਰਸ ਦੇ ਵਿੱਚ ਏਕਾ ਕੋਈ ਨਹੀਂ, ਕਾਂਗਰਸ ਦੇ ਵਿੱਚ ਭ੍ਰਿਸ਼ਟਾਚਾਰ ਵੀ ਹੋਇਆ, ਆਪਣੇ ਆਪਣੇ ਘਰ ਭਰਨ ਦੇ ਵੱਲ ਰਹੇ ਆ, ਅਣਗਹਿਲੀਆਂ ਵਰਤਦੇ ਰਹੇ ਆ, ਟਿੱਚ ਜਾਣਦੇ ਰਹੇ ਆਪਣੇ ਹਲਕੇ ਦੇ ਲੋਕਾਂ ਨੂੰ, ਕਾਂਗਰਸ ਦਾ ਭੱਠਾ ਇਸ ਕਰਕੇ ਬੈਠਾ। ਪਰ ਉਹਦੇ ਵਿੱਚ ਇੱਕ ਸਿੱਧੂ ਸਾਹਿਬ ਦੀਆਂ ਗੱਲਾਂ ਵੀ ਆ ਵੀ ਲੋਕਾਂ ਦੇ ਵਿੱਚ ਖਲਾਰਾ ਹੀ ਇੰਨਾ ਪਾ ਦਿਓ ਜਾ ਕੇ ਵੀ ਲੋਕਾਂ ਨੂੰ ਸਮਝ ਹੀ ਨਾ ਲੱਗੇ ਵੀ ਯਾਰ ਕਾਂਗਰਸ ਦਾ ਕੀ ਬਣੂਗਾ ਤੇ ਸਾਨੂੰ ਤੁਰਨਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਸੋ ਇਹ ਗੱਲਾਂ ਅੱਜ ਵੀ ਬਰਕਰਾਰ ਆ ਤੇ ਪਤਾ ਨਹੀਂ ਕਦੋਂ ਖਤਮ ਹੋਣਗੀਆਂ ਜੀ। ਜੀ ਬਿਲਕੁਲ ਸਹੀ ਕਹਿ ਰਹੇ ਸਾਹਿਬ। ਤੇ ਉਧਰ ਵਿਕਰਮ ਮਜੀਠੀਆ ਹੋਰਾਂ ਨੇ ਕਹਿੰਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਬੜਾ ਤਿੱਖਾ ਜਵਾਬ ਦਿੱਤਾ ਹੈ ਜੀ, ਕੀ ਕਹਿਣਾ ਉਹਨਾਂ ਦਾ? ਦੇਖੋ ਜੀ ਗੱਲ ਇਹ ਆ ਵੀ ਪੰਜਾਬ ਦੀ ਰਾਜਨੀਤੀ ਹੈ ਨਾ ਜਿਹੜੀ, ਉਹ ਸਿਰਫ ਟਿੱਚਰਬਾਜ਼ੀ ਵਾਲੀ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਦੂਜੇ ਦੇ ਉੱਤੇ ਨਹੀਂ ਹੋ ਰਹੇ ਆ ਟਿੱਚਰਾਂ ਤੇ ਮਸਖਰੀਆਂ ਇਸ ਵੇਲੇ ਚੱਲ ਰਹੀਆਂ, ਹੋਰ ਕੁਛ ਵੀ ਨਹੀਂ ਆ। ਤੁਸੀਂ ਦੇਖੋ ਕਮਾਲ ਦੀ ਗੱਲ ਵੀ ਇਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਆ ਇਸ ਵੇਲੇ ਅਕਾਲੀ ਦਲ ਪਾਰਟੀ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਲੱਗੇ ਹਾਂ। ਚਲੋ ਉਹਨਾਂ ਦੀ ਮਰਜ਼ੀ ਬਈ, ਉਹ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ, BJP ਵੀ ਸ਼ੁਰੂ ਕਰ ਲਵੇ, ਕਾਂਗਰਸ ਵੀ ਸ਼ੁਰੂ ਕਰ ਲੈਣ, ਆਪ ਕਰੇ ਜੀ, ਅਸੀਂ ਪੰਜਾਬ ਬਚਾਇਆ ਹੀ ਹੋਇਆ, ਕਿਸੇ ਨੂੰ ਕੀ ਇਤਰਾਜ਼ ਆ। ਪਰ ਇਹਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ ਭਗਵੰਤ ਮਾਨ ਸਾਹਿਬ ਨੂੰ, ਉਹਨਾਂ ਨੇ ਟਿੱਪਣੀ ਕਰਤੀ। ਪਹਿਲੀ ਗੱਲ ਤਾਂ ਇਹ ਆ ਵੀ ਉਹ ਇਸ ਵੇਲੇ ਵਿਪਾਸਨਾ ਤੇ ਗਏ ਹੋਏ ਆ, ਜਦੋਂ ਉਹ ਵਿਪਾਸਨਾ ਤੇ ਗਏ ਹੋਏ ਵਿਸ਼ਾਖਾਪਟਨਮ ਦੇ ਵਿੱਚ ਤੇ ਫਿਰ ਉਹਨਾਂ ਦੇ ਟਵਿੱਟਰ ਅਕਾਊਂਟ ਤੋਂ ਇਹ ਟਿੱਪਣੀਆਂ ਕੌਣ ਕਰ ਰਿਹਾ? ਉਹਨਾਂ ਨੇ ਇਹ ਗੱਲ ਲਿਖਤੀ ਕਰੀ ਕਿ 15 ਸਾਲ ਅਕਾਲੀ ਦਲ ਨੇ ਰਾਜ ਕੀਤਾ, ਪੰਜਾਬ ਨੂੰ ਲੁੱਟਿਆ ਤੇ ਹੁਣ ਇਹਨਾਂ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਹੈ। ਇਹਨਾਂ ਨੂੰ ਰੈਲੀ ਦਾ ਨਾਂ ਰੱਖਣਾ ਚਾਹੀਦਾ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ। ਹੁਣ ਇਸ ਗੱਲ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਭੜਕ ਪਏ ਆ, ਉਹਨਾਂ ਨੇ ਭਗਵੰਤ ਮਾਨ ਨੂੰ ਉੱਤਰ ਦਿੱਤਾ। ਉਹ ਕਹਿੰਦੇ ਜੀ ਦੇਖੋ ਅਸੀਂ ਤਾਂ ਕੱਢਾਂਗੇ ਜੀ ਪੰਜਾਬ ਬਚਾਓ ਯਾਤਰਾ ਹੀ, ਪਰ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਪੰਜਾਬ ਦੇ ਪੰਜਾਬੀ ਆ ਜਿਹੜੇ ਭਗਵੰਤ ਭਜਾਓ ਯਾਤਰਾ ਕੱਢਣਗੇ। ਮਤਲਬ ਇਹ ਆ ਵੀ ਪਹਿਲਾਂ ਅਸੀਂ ਵੀ ਝਾਕੀ ਝਾਕੀ ਖੇਡਾਂਗੇ, 26 ਜਨਵਰੀ ਨੂੰ ਅਸੀਂ ਝਾਕੀ ਆਹ ਕੱਢਾਂਗੇ, ਤੁਸੀਂ ਝਾਕੀ ਆਹ ਕੱਢੋਗੇ, ਤੇ ਹੁਣ ਆ ਗਈ ਭਾਈ ਯਾਤਰਾ ਯਾਤਰਾ ਖੇਡਾਂਗੇ ਵੀ ਅਸੀਂ ਯਾਤਰਾ ਆਹ ਕੱਢਾਂਗੇ, ਤੁਹਾਡੀ ਯਾਤਰਾ ਆਹ ਨਿਕਲ ਜਾਣੀ ਹੈ, ਤੁਹਾਨੂੰ ਪੰਜਾਬ ਦੇ ਲੋਕ ਭਜਾਉਣਗੇ, ਤੁਹਾਨੂੰ ਪੰਜਾਬ ਦੇ ਲੋਕ ਐਂ ਕਰਨਗੇ। ਸੋ ਆਹ ਗੱਲਾਂ ਨੇ ਕਿ ਇਹ ਗੱਲ ਸੋਚਣ ਵਾਲੀ ਆ ਵੀ ਪੰਜਾਬ ਦਾ ਕੋਈ ਮਸਲਾ ਇਸ ਤਰੀਕੇ ਨਾਲ ਹੱਲ ਹੁੰਦਾ ਕਿ ਕਿਸੇ ਮਸਲੇ ਦੇ ਉੱਤੇ ਅਸੀਂ ਪਹੁੰਚਦੇ ਹਾਂ, ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਚੁਣਿਆ ਉਹਨਾਂ ਨੂੰ ਸਿਰਫ ਇਸ ਕਰਕੇ ਚੁਣਿਆ ਵੀ ਭਾਈ ਤੁਸੀਂ ਆਪਸ ਦੇ ਵਿੱਚ ਕਿਹੜੇ ਕੱਢੀ ਜਾਇਓ, ਇੱਕ ਦੂਜੇ ਦੇ ਉੱਤੇ ਡਾਇਲੋਗ ਛੱਡੀ ਜਾਇਓ। ਜੀ ਬਿਲਕੁਲ ਸਰ। ਅਰਵਿੰਦ ਕੇਜਰੀਵਾਲ ਹੋਰਾਂ ਦੀ ਵੀ ਗੱਲ ਕਰ ਲਈਏ ਜੀ, ਜਿਹਦੇ ਸਾਹਮਣੇ ਪੇਸ਼ ਤਾਂ ਨਹੀਂ ਹੋਏ ਪਰ ਇੱਕ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ ਜਿਹਦੇ ਵਿੱਚ ਵਾਵਾ ਦਿਲ ਦੀਆਂ ਗੱਲਾਂ ਕੀਤੀਆਂ ਨੇ, ਕੀ ਕਹਿਣਾ ਉਹਨਾਂ ਦਾ? ਦੇਖੋ ਇੱਕ ਤਾਂ ਜਾਣਕਾਰੀ ਹੁਣੇ ਪ੍ਰਾਪਤ ਹੋਈ ਹੈ ਵੀ ED ਦੇ ਵੱਲੋਂ ਕੇਜਰੀਵਾਲ ਨੂੰ 4th ਸੰਮਣ ਭੇਜਣ ਦੀ ਤਿਆਰੀ ਹੈਗੀ ਆ। ਹੁਣ ਤੱਕ 3 ਜਿਹੜੇ ਸੰਮਣ ਉਹਨਾਂ ਨੂੰ ਆਏ ਸੀ ਪਰ 3 ਦੇ ਵੇਲੇ ਉਹ ਪਹੁੰਚੇ ਨੀਗੇ, ਇਸ ਕਰਕੇ ਭਾਈ ਹੁਣ ਕੇਜਰੀਵਾਲ ਨੂੰ 4th ਸੰਮਣ ਭੇਜਣ ਦੀ ਤਿਆਰੀ ਆ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਚਰਚੇ ਚੱਲ ਰਹੇ ਆ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਚਰਚਿਆਂ ਨੂੰ ਲੈ ਕੇ ਪਾਰਟੀ ਵੱਡੇ ਇਸ ਵੇਲੇ ਸੰਕਟ ਦੇ ਵਿੱਚ ਹੈ ਤੇ ਲੋਕ ਇਹ ਸੋਚਦੇ ਆ ਵੀ ਜੇ ਮੰਨ ਲਓ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤਾਂ ਪਾਰਟੀ ਦਾ, ਦਿੱਲੀ ਦੀ ਸਰਕਾਰ ਦਾ, ਇੰਡੀਆ ਫਰੰਟ ਦੇ ਨਾਲ ਗੱਲਬਾਤ ਦਾ ਤੇ ਟਿਕਟਾਂ ਦੀ ਵੰਡ ਦਾ ਕੰਮ ਕੌਣ ਸੰਭਾਲੂਗਾ?
ਇਹ ਕਮਾਂਡ ਫਿਰ ਕਿਹਦੇ ਕੋਲੇ ਜਾਊਗੀ ਜੇਕਰ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤਾਂ। ਸੋ ਗ੍ਰਿਫਤਾਰ ਕਰਨਾ ਜਾਂ ਨਹੀਂ ਕਰਨਾ ਇਹ ਤਾਂ ਚਲੋ ਸਮਾਂ ਦੱਸੂਗਾ, ਪਰ ਗੱਲ ਇਹ ਵੀ ਕੇਜਰੀਵਾਲ ਹੋਰਾਂ ਦਾ ਇਸ ਵੇਲੇ ਸੰਕਟ ਆ ਜਿਹੜਾ ਉਹ ਮੇਰਾ ਖਿਆਲ ਆ ਵੀ ਵਧਿਆ ਜ਼ਰੂਰ ਹੋਇਆ। ਕੇਜਰੀਵਾਲ ਹੋਰਾਂ ਨੇ ਲੰਘੇ ਕੱਲ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਕੇ ਹਟੇ ਸੀ, ਉਸ ਤੋਂ ਕੁਝ ਕੁ ਸਕਿੰਟਾਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ ਮੈਂ ਵੀ ਦੇਖੀ। ਉਹਦੇ ਵਿੱਚ ਉਹਨਾਂ ਨੇ ਗੱਲ ਦੱਸੀ ਆ ਕਿ ਈਡੀ ਮੇਰੇ ਮਗਰ ਕਿਉਂ ਪਈ ਆ। ਉਹਨਾਂ ਨੇ 4 ਮਿੰਟ ਤੇ ਕੁਝ ਸਕਿੰਟ ਦੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਆ ਕਿ ਈਡੀ ਮੇਰੇ ਪਿੱਛੇ ਇਸ ਕਰਕੇ ਪਈ ਆ, ਬੀਜੇਪੀ ਮੇਰੇ ਪਿੱਛੇ ਇਸ ਕਰਕੇ ਪਈ ਆ, ਤਾਂ ਜੋ ਭਵਿੱਖ ਦੇ ਵਿੱਚ ਵੀ ਭਾਈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਮੈਂ ਪ੍ਰਚਾਰ ਨਾ ਕਰ ਸਕਾਂ, ਉਹਦੇ ਵਿੱਚ ਮੈਨੂੰ ਪ੍ਰਚਾਰ ਕਰਨ ਤੋਂ ਡੱਕਣਾ ਚਾਹੁੰਦੇ ਆ। ਦੂਜੀ ਗੱਲ ਉਹਨਾਂ ਨੇ ਮਹੱਤਵਪੂਰਨ ਇਹ ਕਹੀ ਆ ਵੀ ਇਹ ਚਾਹੁੰਦੇ ਆ ਕਿ ਭਾਈ ਇਹ ਕੋਈ ਹੈ ਨਹੀਂ ਕਪੜਾ ਕੁਪੜਾ ਤਾਂ ਕੋਈ ਹੈ ਨਹੀਂ ਗਾ, ਪਰ ਇਹ ਫਿਰ ਵੀ ਮੈਨੂੰ ਇਸ ਮਸਲੇ ਦੇ ਵਿੱਚ ਉਲਝਾਉਣ ਦੇ ਇੱਛੁਕ ਹੈਗੇ ਆ। ਤੀਜੀ ਗੱਲ ਉਹਨਾਂ ਨੇ ਮਹੱਤਵਪੂਰਨ ਇਹ ਕਹੀ ਆ, ਉਹ ਕਹਿੰਦੇ ਵੀ ਜੇਕਰ ਇਹ ਕਪੜਾ ਹੋਇਆ ਹੁੰਦਾ ਮੰਨ ਲਓ ਤਾਂ ਇਹਦੇ ਵਿੱਚ ਕਹਿੰਦੇ ਜੀ ਹੁਣ ਤੱਕ ਜਿੰਨੇ ਬੰਦੇ ਫੜੇ ਗਏ ਆ, ਜਿੰਨਿਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ, ਜਿੰਨੀਆਂ ਥਾਵਾਂ ਦੇ ਉੱਤੇ ਰੇਡਾਂ ਪਈਆਂ, ਉਹ ਕਹਿੰਦੇ ਇਹ ਦੱਸੋ ਜੀ ਕਿ ਇਹਦੇ ਵਿੱਚ ਹੁਣ ਤੱਕ ਕੋਈ ਨਾ ਕੋਈ ਸਬੂਤ ਨਾ ਸਾਹਮਣੇ ਆਉਂਦਾ। ਹਾਲੇ ਤੱਕ ਸਬੂਤ ਹੀ ਕੋਈ ਨਹੀਂ ਸਾਹਮਣੇ ਆਇਆ, ਕੋਈ 1 ਪੈਸੇ ਦੀ ਹੇਰਾਫੇਰੀ ਦੀ ਗੱਲ ਨਹੀਂ ਸਾਹਮਣੇ ਆਈ। ਜੇ ਸਬੂਤ ਹੈਗਾ ਤੇ ਫਿਰ ਕਾਰਵਾਈ ਕਰੋ। ਉਹ ਕਹਿੰਦੇ ਜੀ ਇਹ ਤਾਂ ਸਿਰਫ ਤੇ ਸਿਰਫ ਹਵਾ ਦੇ ਵਿੱਚ ਖੜਾ ਕੀਤਾ ਗਿਆ ਇੱਕ ਘਪਲਾ, ਵੀ ਇੱਕ ਘਪਲਾ ਹੋਇਆ, ਇੱਕ ਘਪਲਾ ਹੋਇਆ, ਇੱਕ ਘਪਲਾ ਹੋਇਆ, ਐਂ ਕਰੀ ਚੱਲੋ ਤੇ ਕੇਜਰੀਵਾਲ ਨੂੰ ਡੱਕ ਲਓ। ਉਹਨਾਂ ਨੇ ਕਿਹਾ ਜੀ ਕਿ ਮੇਰੇ ਕਾਨੂੰਨੀ ਮਾਹਰਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਇਹ ਨੋਟਸ ਹੀ ਗਲਤ ਆ, ਤੁਹਾਨੂੰ ਇੱਥੇ ਜਾਣ ਦੀ ਲੋੜ ਨਹੀਂ ਤੇ ਮੈਂ ਤਾਂ ਕਰਕੇ ਨਹੀਂ ਜਾਂਦਾ। ਉਧਰੋਂ ਈਡੀ ਇਹ ਗੱਲ ਕਹਿੰਦੀ ਹੈ ਵੀ ਭਾਈ ਅਸੀਂ ਆਪਦੇ ਵੱਲੋਂ ਕਾਨੂੰਨੀ ਚਾਰਾਜੋਈ ਕਰ ਰਹੇ ਹਾਂ ਵੀ ਇਹਨਾਂ ਨੂੰ ਬੁਲਾ ਕੇ ਛੱਡਾਂਗੇ। ਉਧਰੋਂ ਬੀਜੇਪੀ ਇਹ ਗੱਲ ਕਹਿੰਦੀ ਹੈ ਵੀ ਧੱਕਾ ਨਹੀਂ ਅਸੀਂ ਕਰ ਰਹੇ, ਜੋ ਕਾਨੂੰਨ ਦੀ ਪ੍ਰਕਿਰਿਆ ਈਡੀ ਉਹਦੇ ਮੁਤਾਬਕ ਕਰ ਰਹੀ ਹੈ। ਉਧਰੋਂ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਧੱਕੇ ਤੋਂ ਬਿਨਾਂ ਕੁਝ ਨਹੀਂ ਕਰ ਰਹੇ। ਪਰ ਇਸੇ ਦਰਮਿਆਨ ਇੱਕ ਨਵੀਂ ਖਬਰ ਹੋਰ ਆ ਵੀ ਸੰਜੇ ਸਿੰਘ ਦੇ ਵੱਲੋਂ, ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਆ, ਸੰਜੇ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਤੇ ਆਪਣੀ ਜ਼ਮਾਨਤ ਪਟੀਸ਼ਨ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਈ ਵਾਰ ਇਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਹੋਈ ਸੀਗੀ ਤੇ ਸੰਜੇ ਸਿੰਘ 13 ਅਕਤੂਬਰ ਤੋਂ ਨਿਆਂਇਕ ਹਿਰਾਸਤ ਦੇ ਵਿੱਚ ਹੈਗੇ ਆ ਤੇ ਪਿਛਲੇ ਮਹੀਨੇ ਅਦਾਲਤ ਨੇ ਉਹਨਾਂ ਦੀ ਹਿਰਾਸਤ ਦੇ ਵਿੱਚ 10 ਜਨਵਰੀ ਤੱਕ ਦਾ ਵਾਅਦਾ ਕੀਤਾ ਸੀਗਾ, ਜਿਹਦੇ ਤੋਂ ਬਾਅਦ ਉਹਨਾਂ ਨੇ ਹੁਣ ਆਪਣੀ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ ਜੀ। ਜੀ ਤੈਨੂੰ ਸਾਹਿਬ, ਜੇਲ੍ਹਾਂ ਦੇ ਬਾਹਰ ਸੁਧਾਰ ਘਰ ਲਿਖਿਆ ਹੁੰਦਾ ਹੈ, ਪਰ ਕਿੰਨਾ ਕੁ ਸੁਧਾਰ ਇੱਥੇ ਹੁੰਦਾ ਆਪਾਂ ਸਾਰੇ ਜਾਣਦੇ ਹਾਂ। ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ, ਇਸ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਜੀ। ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਨਮ ਦਿਨ ਮਨਾਇਆ ਜਾ ਰਿਹਾ ਜੀ ਕੈਦੀ ਦਾ ਜੇਲ੍ਹ ਦੇ ਅੰਦਰ। ਦੇਖੋ ਜੀ, ਲੁਧਿਆਣੇ ਦੀ ਕੇਂਦਰੀ ਜੇਲ੍ਹ ਆ, ਇਹਦੇ ਵਿੱਚ ਜਨਮ ਦਿਨ ਦੀ ਪਾਰਟੀ ਹੋਈ ਆ ਤੇ ਮੈਂ ਨਾ ਵੇਖ ਕੇ ਇਉਂ ਹੈਰਾਨ ਆ ਵੀ ਜਿਵੇਂ ਨਾ ਆਪਾਂ ਕਨਾਤਾਂ ਨਹੀਂ ਲੱਗੀਆਂ ਹੁੰਦੀਆਂ ਜਿਵੇਂ ਆਪਾਂ ਕਿਸੇ ਵਿਆਹ 'ਚ ਜਾਂਦੇ ਹਾਂ, ਜਾਂ ਮੂਹਰੇ ਮੇਜ਼ ਲਾ ਕੇ ਤੇ ਖੱਬੇ ਸੱਜੇ ਜਿਹੜੇ ਆ ਉਹ ਬੈਠ ਕੇ ਆਪਾਂ ਰੋਟੀ ਪਾਣੀ ਛਕਦੇ ਹੁੰਦੇ ਹਾਂ। ਇਹ ਇਸ ਤਰੀਕੇ ਦੇ ਨਾਲ ਕੈਦੀ ਜੇਲ੍ਹ ਦੇ ਵਿੱਚ ਆ ਤੇ ਇਸ ਤਰੀਕੇ ਦੇ ਨਾਲ ਉਹ ਪਾਰਟੀ ਕਰ ਰਹੇ ਆ ਤੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਮਾਮਲੇ 'ਚ ਵੀਡੀਓ ਸਾਹਮਣੇ ਆਈ ਆ। ਉਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਪੜਤਾਲ ਦੇ ਹੁਕਮ ਦਿੱਤੇ ਗਏ ਆ। ਮਣੀ ਰਾਣਾ ਨਾਂ ਦਾ ਇੱਕ ਮੁੰਡਾ ਜਿਹੜਾ ਕਿ ਕਤਲ ਦੇ ਮਾਮਲੇ ਦੇ ਵਿੱਚ ਆਪਣੀ ਬੈਰਕ ਦੇ ਵਿੱਚ ਜਨਮ ਦਿਨ ਦੀ ਪਾਰਟੀ ਮਨਾ ਰਿਹਾ, ਮਤਲਬ ਕਤਲ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਇੱਥੇ ਘੱਟੋ ਘੱਟ 20-25 ਕੈਦੀ ਆ ਜਿਹੜੇ ਕਿ ਇਸ ਵੇਲੇ ਪਾਰਟੀ ਦੇ ਵਿੱਚ ਸ਼ਾਮਿਲ ਆ। ਭੰਗੜਾ ਵੀ ਪਾਉਂਦੇ ਉਹ, ਵਧਾਈਆਂ ਵੀ ਦਿੰਦੇ ਉਹ, ਖਾਂਦੇ ਪੀਂਦੇ ਵੀ ਹੈਗੇ ਉਹ, ਉਹਨਾਂ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਪਰਚੇ ਵੀ ਦਰਜ ਹੈਗੇ ਆ। ਕਰਨ ਔਜਲਾ ਦੇ ਗਾਣਿਆਂ ਦੇ ਉੱਤੇ ਭੰਗੜਾ ਪਾਉਂਦੇ ਜੇਲ੍ਹ ਦੇ ਵਿੱਚ ਉਹ, ਤੇ ਉਸ ਤੋਂ ਬਾਅਦ ਇਹਦੀ ਵੀਡੀਓ ਬਣੀ ਆ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਆ। ਹੁਣ ਜਦੋਂ ਵੀਡੀਓ ਵਾਇਰਲ ਹੋ ਗਈ ਤਾਂ ਉੱਚ ਅਧਿਕਾਰੀ ਆ ਜਿਹੜੇ ਉਹਨਾਂ ਨੇ ਪੜਤਾਲ ਦੇ ਹੁਕਮ ਜਾਰੀ ਕੀਤੇ ਆ ਤੇ 10 ਬੰਦੀਆਂ ਦੇ ਖਿਲਾਫ ਇੱਥੇ ਪਰਚਾ ਦਰਜ ਕੀਤਾ ਗਿਆ। ਇਹ ਬੰਦੀ ਆ ਜਿਹੜੇ ਉਹਨਾਂ ਦੇ ਵਿੱਚ ਗੁਰਜੰਟ ਸਿੰਘ, ਕਰਨਜੋਤ ਸਿੰਘ, ਸਰਬਜੀਤ ਸਿੰਘ, ਸਤਕਾਰ ਸਿੰਘ, ਸੌਰਵ ਕੱਟੂ, ਹਰਮਨਦੀਪ ਸਿੰਘ, ਹਰਵਿੰਦਰ ਸਿੰਘ, ਦੀਦਾਰ ਸਿੰਘ, ਸ਼ਿਵਮ, ਸਾਜਨਪ੍ਰੀਤ ਸਿੰਘ ਇਹ ਸ਼ਾਮਿਲ ਆ। ਗੱਲ ਇਹ ਨਹੀਂ ਵੀ ਉਹਨਾਂ ਦੇ ਉੱਤੇ ਇੱਕ ਪਰਚਾ ਹੋਰ ਦਰਜ ਹੋ ਗਿਆ, ਗੱਲ ਇਹ ਆ ਵੀ ਅੰਦਰ ਮੋਬਾਈਲ ਕਿਵੇਂ ਗਿਆ। ਪਰਚਾ ਤਾਂ ਉਹਨਾਂ ਲੋਕਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ, ਡਿਊਟੀ ਦੇ ਵਿੱਚ ਅੰਦਰ ਮੋਬਾਈਲ ਚਲਾ ਗਿਆ। ਜਦੋਂ ਅੱਜ ਜੇਲ੍ਹ ਦੇ ਵਿੱਚ ਮੋਬਾਈਲ ਚੱਲਦਾ, ਇੰਟਰਨੈਟ ਚੱਲਦਾ, ਤਾਂ ਪਰਚਾ ਤਾਂ ਸੀਨੀਅਰ ਜੇਲ੍ਹ ਅਧਿਕਾਰੀਆਂ 'ਤੇ ਸਭ ਤੋਂ ਪਹਿਲਾਂ ਦਰਜ ਹੋਣਾ ਚਾਹੀਦਾ। ਇਹ ਗੈਰ ਕਾਨੂੰਨੀ ਕੰਮ ਕਰ ਰਹੇ ਅੰਦਰ, ਪਰ ਕਰਵਾ ਕੌਣ ਰਿਹਾ? ਜੇ ਆਮ ਬੰਦੇ ਨੇ ਕੇਲਿਆਂ ਦੀ ਦਰਜਨ ਵੀ ਲੈ ਕੇ ਜਾਣੀ ਹੋਵੇ ਨਾ ਅੰਦਰ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਲਈ, ਤੇ 3600 ਫਾਰਮੈਲਟੀਆਂ ਵਿੱਚੋਂ ਲੰਘਣਾ ਪੈਂਦਾ, ਤੇ ਅੰਦਰ ਮੋਬਾਈਲ ਜਾਂਦੇ ਤੇ ਅੰਦਰ ਨਸ਼ੇ ਜਾਂਦੇ ਤੇ ਉਦੋਂ ਸਾਰਾ ਕੁਝ ਕਿਵੇਂ ਪਰੇ ਹੋ ਜਾਂਦਾ? ਸੋ ਗੱਲ ਇਹ ਜੀ ਕਿ ਜੇਲ੍ਹਾਂ ਦੇ ਵਿੱਚ ਪਹਿਲਾਂ ਵੀ ਗੰਦ ਚੱਲਦਾ ਸੀ, ਜੇਲ੍ਹਾਂ ਦੇ ਵਿੱਚ ਅੱਜ ਵੀ ਗੰਦ ਉਹ ਹੀ ਚੱਲਦਾ, ਜੇਲ੍ਹਾਂ ਪਹਿਲਾਂ ਵੀ ਨਹੀਂ ਸਹੀ ਸੀ, ਜੇਲ੍ਹਾਂ ਅੱਜ ਵੀ ਨਹੀਂ ਸਹੀ। ਅੱਜ ਕਦੇ ਤੁਸੀਂ ਦੇਖਿਓ ਹਾਲੇ ਹਫ਼ਤੇ ਬਾਅਦ ਕੋਈ ਹੋਰ ਖਬਰ ਆ ਜਾਣੀ ਆ, ਫਲਾਣੀ ਜੇਲ੍ਹ 'ਚ ਲੜਾਈ ਹੋ ਗਈ, ਫਲਾਣੀ ਜੇਲ੍ਹ 'ਚੋਂ ਫਰੌਤੀ ਦਾ ਫੋਨ ਆ ਗਿਆ, ਫਲਾਣੀ ਜੇਲ੍ਹ 'ਚੋਂ ਹਿੰਸਕ ਵਰਤਾਰਾ ਹੋ ਗਿਆ, ਵੀ ਆਹ ਕੁਝ ਹੀ ਚੱਲੀ ਜਾਂਦਾ, ਕਦੇ ਰੁਕਿਆ ਤਾਂ ਹੈ ਨਹੀਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਤੇ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਗੱਲ ਕਰਦੇ ਹਾਂ ਜੀ, ਇੱਕ ਵਿਵਾਦਤ ਬਿਆਨ ਦਿੱਤਾ ਉਹਨਾਂ ਨੇ, ਕੀ ਕਹਿਣਾ ਉਹਨਾਂ ਦਾ? ਹਾਂ ਬਿਲਕੁਲ ਜੀ,
ਤੇ ਮੈਨੂੰ ਲੱਗਦਾ ਵੀ ਭਾਈ ਇਸ ਗੱਲ ਤੋਂ ਬਾਅਦ ਮਸਲਾ ਫਿਰ ਭਖੂਗਾ, ਕਿਉਂਕਿ ਰਵਨੀਤ ਬਿੱਟੂ ਹੋਰਾਂ ਨੇ ਇਹ ਗੱਲ ਕਹੀ ਆ ਵੀ ਵੱਡੇ ਬਾਦਲ ਬੜੇ ਸ਼ੈਤਾਨ ਬੰਦੇ ਸੀ, ਤੇ ਵੱਡੇ ਬਾਦਲ ਨੂੰ ਪਤਾ ਹੁੰਦਾ ਸੀ ਅੱਤਵਾਦ ਦੇ ਦੌਰ ਦੇ ਵਿੱਚ ਕਿ ਅੱਜ ਗੋਲੀ ਕਿੱਥੇ ਚੱਲਣੀ ਹੈ ਤੇ ਕਿਹਨੇ ਗੋਲੀ ਚਲਾਉਣੀ ਆ, ਤੇ ਇਸ ਕਰਕੇ ਉਹ ਉੱਥੇ ਜਾਣ ਵਾਲਾ ਆਪਣਾ ਪ੍ਰੋਗਰਾਮ ਹੀ ਰੱਦ ਕਰ ਦਿੰਦੇ ਹੁੰਦੇ ਸੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਵੱਡੇ ਬਾਦਲ ਦੇ ਵੱਲੋਂ ਸਾਰਾ ਕੁਝ ਸਹੀ ਨਹੀਂ ਕੀਤਾ ਗਿਆ, ਵੱਡੇ ਬਾਦਲ ਆਪ ਤਾਂ ਆਪਦੀ ਜਾਨ ਬਚਾ ਲੈਂਦੇ ਹੁੰਦੇ ਸੀ ਤੇ ਦੂਜਿਆਂ ਨੂੰ ਫਸਾ ਦਿੰਦੇ ਹੁੰਦੇ ਸੀ। ਉਹਨਾਂ ਦੇ ਕਹਿਣ ਦਾ ਭਾਵ ਇਹ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਵੱਡੇ ਬਾਦਲ ਨੂੰ ਇਕੱਲੀ ਇਕੱਲੀ ਗੱਲ ਦਾ ਗਿਆਨ ਹੁੰਦਾ ਸੀ ਵੀ ਅੱਜ ਗੋਲੀ ਇਸ ਥਾਂ ਤੇ ਚੱਲ ਜਾਣੀ ਆ, ਇਸ ਕਰਕੇ ਉਹ ਉਸ ਥਾਂ ਦੇ ਉੱਤੇ ਪਹੁੰਚਦੇ ਹੀ ਨਹੀਂ ਹੁੰਦੇ ਸੀਗੇ। ਉਹ ਕੋਈ ਨਾ ਕੋਈ ਆਨਾ ਬਾਨਾ ਜਿਹਾ ਬਣਾ ਕੇ ਉਸ ਪ੍ਰੋਗਰਾਮ ਨੂੰ ਟਾਲ ਦਿੰਦੇ ਹੁੰਦੇ ਸੀ, ਉੱਥੇ ਗੋਲੀ ਚੱਲ ਜਾਂਦੀ ਸੀ, ਉੱਥੇ ਨੁਕਸਾਨ ਹੋ ਜਾਂਦਾ ਸੀ। ਜਿਹੜੇ ਲੋਕਾਂ ਨੇ ਉਸ ਵੇਲੇ ਗੋਲੀਆਂ ਚਲਾਈਆਂ, ਜਿਹੜੇ ਲੋਕਾਂ ਨੇ ਉਸ ਵੇਲੇ ਜਾਨਾਂ ਲਈਆਂ, ਉਹਨਾਂ ਹੀ ਲੋਕਾਂ ਨੂੰ ਅੱਜ ਅਕਾਲੀ ਦਲ ਦੇ ਵੱਲੋਂ ਬੰਦੀ ਸਿੰਘ ਆਖਿਆ ਜਾ ਰਿਹਾ ਤੇ ਇਹਨਾਂ ਨੂੰ ਛੁਡਵਾਉਣ ਦੇ ਲਈ, ਇਹਨਾਂ ਦੀ ਰਿਹਾਈ ਦੇ ਲਈ ਡਰਾਮੇ ਕੀਤੇ ਜਾ ਰਹੇ ਆ, ਇਹਨਾਂ ਲੋਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਦਕਿ ਪਿੱਟਣੇ ਸਾਰੇ ਇਹਨਾਂ ਦੇ ਪਵਾਏ ਹੋਏ ਆ। ਸੋ ਉਹਨਾਂ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਆ, ਇਹਦੇ ਉੱਤੇ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਮੁੱਦਾ ਬਣੂਗਾ, ਮੁੱਦਾ ਪਖੂਗਾ। ਕਿਉਂਕਿ ਦੇਖੋ ਇੱਕ ਤਾਂ ਗੱਲ ਇਹ ਆ ਵੀ ਜਿਹੜੇ ਬੰਦੇ ਜਹਾਨੋਂ ਤੁਰ ਗਏ, ਅਸੀਂ ਵਾਇਆ ਉਹਨਾਂ ਦੇ ਗੱਲ ਕੱਢੀਏ, ਕੋਈ ਤੁਕਤਾ ਨਹੀਂ ਬਣਦੀ ਇਹਦੀ ਵੀ ਭਾਈ ਆ ਇਹਨੂੰ ਐਂ ਹੋ ਜੂਗਾ, ਐਂ ਕਰਦਾ, ਉਹਨੇ ਐਂ ਕਰਤਾ, ਉਹ ਬੰਦੇ ਨੇ ਕਿਹੜਾ ਆ ਕੇ ਸਾਹਮਣੇ ਉੱਤਰ ਦੇਣਾ। ਪਰ ਮੈਂ ਫਿਰ ਇਹ ਗੱਲ ਕਹਿਣਾ ਵੀ ਇਹ ਗੱਲਾਂ ਕਰਦੇ ਹੈਗੇ 35-40 ਸਾਲ ਪੁਰਾਣੀਆਂ, ਇਹ 84 ਦੇ ਦੌਰ ਦੀ ਗੱਲ ਕਰਦੇ ਵੀ ਕਿਹਨੇ ਉਦੋਂ ਕੀ ਕਰਵਾਇਆ। ਉਹ ਲੋਕਾਂ ਨੂੰ ਪਤਾ ਜੀ ਉਸ ਵੇਲੇ ਕਿਹਨੇ ਕੀ ਕੀਤਾ, ਕਿਹਨੇ ਚੰਗਾ ਕੀਤਾ, ਕਿਹਨੇ ਮਾੜਾ ਕੀਤਾ, ਕੌਣ ਲੋਕਾਂ ਦਾ ਰਿਹਾ, ਕੌਣ ਸਰਕਾਰਾਂ ਦਾ ਬਣ ਗਿਆ, ਕੌਣ ਗੱਦਾਰ ਨਿਕਲਿਆ, ਕੌਣ ਕੀ ਹੋਇਆ। ਇਸ ਵੇਲੇ ਭਾਈ ਲੋੜ ਇਸ ਗੱਲ ਦੀ ਆ ਕਿ ਰਵਨੀਤ ਬਿੱਟੂ ਦੇ ਕੋਲੇ ਜਿਹੜਾ ਰੁਤਬਾ ਹੈ, ਰਵਨੀਤ ਬਿੱਟੂ ਜਦੋਂ ਮੈਂਬਰ ਪਾਰਲੀਮੈਂਟ ਹੈ ਤਾਂ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲਵੇ, ਇਕੱਲੀਆਂ ਗੱਲਾਂ ਦਾ ਕੜਾਹ ਨਹੀਂ, ਸਾਰ ਲਵੇ। ਗੱਲ ਤਾਂ ਸਿਰਫ ਇਹ ਆ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਭੈੜ ਆ ਵੀ ਇੱਕ ਦੂਜੇ ਦੇ ਪੈਰ ਮਿੱਧੀ ਚੱਲੋ ਵੀ ਭਾਈ ਉਹਨੇ ਮੰਦਾ ਕੀਤਾ, ਉਹ ਗੰਦਾ ਹੈ, ਉਹ ਫਲਾਣਾ ਹੈ, ਢੀਂਗੜਾ ਹੈ। ਲੋਕਾਂ ਨੂੰ ਇਸ ਵੇਲੇ ਇਨਸਾਫ ਚਾਹੀਦਾ, ਲੋਕਾਂ ਨੂੰ ਇਸ ਵੇਲੇ ਇਹ ਚਾਹੀਦਾ ਜੀ ਕਿ ਭਾਈ ਜੋ ਅਸੀਂ ਬੰਦੇ ਨੂੰ ਸੋਚ ਕੇ ਚੁਣਿਆ ਉਹ ਬੰਦਾ ਉਸ ਕਸਵੱਟੀ ਦੇ ਉੱਤੇ ਕਿੰਨਾ ਖਰਾ ਉਤਰਦਾ। ਸੋ ਉਹਦੇ ਵੱਲ ਗੌਰ ਕਰਨ ਦੀ ਜ਼ਰੂਰਤ ਹੈਗੀ ਹੈ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ, ਤੇ ਜਲੰਧਰ ਦੇ ਵਿੱਚ ਇੱਕ ਡੀਐਸਪੀ ਦਾ ਕਤਲ ਹੋਇਆ ਸੀ, ਕਹਿੰਦੇ ਗੁੱਥੀ ਸੁਲਝ ਗਈ ਹੈ ਜੀ। ਹਾਂ ਬਿਲਕੁਲ ਜੀ, ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਜੀ ਕਿ ਅਸੀਂ ਕਤਲ ਦੀ ਗੁੱਥੀ ਸੁਲਝਾ ਲਈ ਹੈ। ਚਲੋ ਜਿਹੜੀ ਕਤਲ ਦੀ ਗੁੱਥੀ ਸੁਲਝਾਈ ਹੈ, ਜੇਕਰ ਸਾਰੀ ਕਹਾਣੀ ਇਵੇਂ ਹੀ ਹੈ ਤਾਂ ਇਹਦੇ ਵਿੱਚ ਇੱਕ ਤਾਂ ਗੱਲ ਪਹਿਲੀ ਡੀਐਸਪੀ ਸਾਹਿਬ ਦੀ ਨਜ਼ਰ ਆਉਂਦੀ ਹੈ ਵੀ ਦਾਰੂ ਪੀ ਕੇ ਉਹ ਆਟੋ ਦੇ ਵਿੱਚ ਹੀ ਕਿਉਂ ਬੈਠੇ ਆ। ਦੂਜੀ ਗੱਲ ਇਹ ਵੀ ਚਲੋ ਆਟੋ ਦੇ ਵਿੱਚ ਬੈਠ ਕੇ ਮੰਨ ਲਓ ਕਿ ਉਹਨਾਂ ਦੀ ਗੱਡੀ ਖਰਾਬ ਹੋ ਗਈ, ਚਲੋ ਬੰਦੇ ਨੂੰ ਕਦੇ ਨਾ ਕਦੇ ਬਹਿਣਾ ਵੀ ਪੈਂਦਾ, ਤੇ ਫਿਰ ਆਟੋ ਚਾਲਕ ਦੇ ਨਾਲ ਦਾਰੂ ਕਿਉਂ ਪੀਣ ਲੱਗ ਪਏ। ਚਲੋ ਜੇ ਦਾਰੂ ਵੀ ਪੀਣ ਲੱਗ ਗਿਆ ਭਾਈ ਵੀ ਮੰਨ ਲਿਆ, ਤੇ ਫਿਰ ਭਾਈ ਉਸ ਤੋਂ ਬਾਅਦ ਅਗਲਾ ਸਵਾਲ ਇਹ ਪੈਦਾ ਹੁੰਦਾ ਵੀ ਉਹ ਚਲੋ ਬਾਅਦ ਦੇ ਵਿੱਚੋਂ ਬੈਸੇ ਕਿਉਂ, ਲੜਾਈ ਕਿਉਂ ਕੀਤੀ। ਸੋ ਦਲਬੀਰ ਸਿੰਘ ਜਿਹੜੇ ਡੀਐਸਪੀ ਅਰਜਨ ਅਵਾਰਡੀ, ਉਹਨਾਂ ਦੀ ਮੌਤ ਹੋਈ ਹੈ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਪਿਛਲੇ ਦਿਨੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ। ਪਰ ਹੁਣ ਇਹਦੇ ਵਿੱਚ ਕਤਲ ਦੇ ਕਾਰਨਾਂ ਲਈ ਪੜਤਾਲ ਜਿਹੜੀ ਉਹ ਸਾਹਮਣੇ ਆਈ ਆ। ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਵੀ 31 ਦਸੰਬਰ ਦੀ ਰਾਤ ਨੂੰ ਉਹ BMC ਚੌਂਕ ਤੋਂ ਬੈਠੇ, ਆਟੋ ਨੂੰ ਉਹਨਾਂ ਨੇ ਰੋਕਿਆ, ਆਟੋ ਦੇ ਵਿੱਚ ਬਹਿ ਗਏ, ਤੇ ਫਿਰ ਉਹ ਜਦੋਂ ਜਾ ਰਹੇ ਆ ਤੇ ਉਹਨਾਂ ਨੇ ਗੱਲਾਂ ਬਾਤਾਂ ਸ਼ੁਰੂ ਕਰ ਲਈਆਂ ਆਟੋ ਚਾਲਕ ਦੇ ਨਾਲ। ਉਹ ਕਹਿੰਦੇ ਵੀ ਮੇਰੀ ਗੱਡੀ ਖਰਾਬ ਹੋ ਗਈ ਤੇ ਮੈਂ ਚਲੋ ਇਸ ਕਰਕੇ ਤੁਹਾਡੇ ਕੋਲੋਂ ਨਾਲ ਬੈਠਾ। ਫਿਰ ਉਹਨੂੰ ਉਸ ਆਟੋ ਦੇ ਵਿੱਚ ਬੈਠੇ ਪੇਸ਼ਕਸ਼ ਕਰਦੇ ਆ ਵੀ ਭਾਈ ਦਾਰੂ ਪੀਣੀ ਆ, ਪੈਗ ਲਾ ਲਾ ਤੂੰ ਵੀ, ਨਵਾਂ ਸਾਲ ਚੜ੍ਹਨ ਵਾਲਾ। ਲਓ ਜੀ ਪੈਗ ਲਵਾਤਾ, ਰਾਹ ਦੇ ਵਿੱਚ ਦੋਵਾਂ ਨੇ ਰੱਜ ਕੇ ਪੈਗ ਫੇਰ ਲਾਏ ਆ, ਫਿਰ ਦੋਵਾਂ ਨੇ ਇੱਕ ਰਾਹ ਦੇ ਵਿੱਚ ਰੁੱਕ ਕੇ ਤੇ ਫਿਰ ਉੱਥੇ ਦਾਰੂ ਦੀ ਬੋਤਲ ਹੋਰ ਲਈ ਆ। ਸੋ ਇਸ ਤਰੀਕੇ ਦੀਆਂ ਗੱਲਾਂ। ਫਿਰ ਉਸ ਤੋਂ ਬਾਅਦ ਪਤਾ ਲੱਗਾ ਵੀ ਦੋਵਾਂ ਨੇ ਤੇਲ ਪਵਾਇਆ ਉੱਥੇ ਪੈਟਰੋਲ ਪੰਪ ਤੇ ਜਾ ਕੇ ਆਟੋ ਦੇ ਵਿੱਚ। ਫਿਰ ਉਹ ਰਾਹ ਦੇ ਵਿੱਚ ਉਹ ਕਹਿੰਦਾ ਜੀ ਜਿਹੜਾ ਆਟੋ ਚਾਲਕ ਆ ਉਹ ਜ਼ਿਆਦਾ ਫਰੈਂਕ ਹੋ ਗਿਆ ਹੋਣਾ, ਫਰੈਂਡਲੀ ਕੰਮ ਚੱਲ ਪਿਆ ਹੋਣਾ ਜਿਵੇਂ ਕਿ ਦਾਅਵਾ ਕੀਤਾ ਗਿਆ। ਉਹ ਉਹਦੀ ਰਿਵਾਲਵਰ ਨੂੰ ਹੱਥ ਲਾਉਣ ਲੱਗ ਗਿਆ, ਉਹ ਇਸ ਗੱਲ ਤੇ ਗੁੱਸੇ ਹੋ ਗਿਆ ਵੀ ਤੈਨੂੰ ਪਤਾ ਨਹੀਂ, ਤੈਨੂੰ ਅਕਲ ਨਹੀਂ ਵੀ ਐਂ ਇਹ ਚੱਲ ਜਾਂਦੀ ਹੁੰਦੀ ਆ। ਫਿਰ ਇਸ ਗੱਲ ਦੇ ਉੱਤੇ ਵਿਗਾੜ ਪੈ ਗਿਆ, ਮਤਲਬ ਪਹਿਲਾ ਵਿਗਾੜ ਇਹਦੇ ਇਸ ਗੱਲ ਤੇ ਪੈ ਗਿਆ। ਉਸ ਤੋਂ ਬਾਅਦ ਜੀ ਕੋਈ ਗੱਲਾਂ ਬਾਤਾਂ ਹੋਰ ਹੁੰਦੀਆਂ ਗਈਆਂ ਤੇ ਗੱਲਾਂ ਬਾਤਾਂ ਹੁੰਦੀਆਂ 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 ਇਸ ਥਾਂ ਦੇ ਉੱਤੇ ਗੱਲ ਪਹੁੰਚ ਗਈ ਬਈ ਤੂੰ ਤੂੰ ਮੈਂ ਦੇ ਵਿੱਚ ਇਸ DSP ਨੇ ਉਸ ਆਟੋ ਚਾਲਕ ਦੀ ਪੁੜਪੜੀ ਦੇ ਉੱਤੇ ਰਿਵਾਲਵਰ ਰੱਖਤਾ, ਉਹਨੇ ਉਹਦੇ ਕੋਲੋਂ ਖੋਹ ਕੇ ਤੇ ਉਹਦੇ ਉੱਤੇ ਗੋਲੀ ਚਲਾਤੀ, ਉਹਨੂੰ ਮਾਰਤਾ। ਆਹ ਕੁਝ ਹੋਇਆ ਜਿਵੇਂ ਕਿ ਪੁਲਿਸ ਦੀ ਕਹਾਣੀ ਦੇ ਵਿੱਚ ਆਇਆ ਸਾਹਮਣੇ। ਸੋ ਗੱਲ ਇਹ ਜੀ ਜੋ ਹੋਇਆ ਉਹ ਤਾਂ ਬਹੁਤ ਮਾੜਾ ਹੋਇਆ, ਪਰ ਫਿਰ ਗੱਲ ਉੱਥੇ ਆ ਕੇ ਮੁੱਕਦੀ ਆ ਵੀ ਇਹਦੇ ਵਿੱਚ ਅਣਗਹਿਲੀ ਆ ਜਿਹੜੀ ਉਹ DSP ਸਾਹਿਬ ਦੇ ਵੱਲੋਂ ਵੀ ਵਰਤੀ ਗਈ ਆ, ਉਹਨਾਂ ਨੂੰ ਵੀ ਇਹ ਕੁਝ ਨਹੀਂ ਸੀ ਕਰਨਾ ਚਾਹੀਦਾ। ਪਰ ਬੰਦੇ ਦਾ ਪਤਾ ਨਹੀਂ ਹੁੰਦਾ ਵੀ ਮਿੰਟ ਸਕਿੰਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੋਂ ਕੀ ਹੋ ਜਾਣਾ। DSP ਸਾਹਿਬ ਦਾ ਵਿਵਾਦ ਪਿਛਲੇ ਦਿਨੀ ਛਿੜਿਆ ਸੀਗਾ, ਮੇਰਾ ਖਿਆਲ ਵੀ ਕੁਝ ਕੁ ਹਫ਼ਤੇ ਹੀ ਹੋਏ ਆ ਜਦੋਂ ਮੰਡ ਪਿੰਡ ਦੇ ਵਿੱਚ ਗੋਲੀ ਚਲਾਤੀ ਸੀ ਇਹਨਾਂ ਨੇ, ਉਦੋਂ ਵੀ ਇਲਾਕੇ ਦੇ ਲੋਕਾਂ ਨੇ ਕਾਫ਼ੀ ਇਤਰਾਜ਼ ਜ਼ਾਹਰ ਕੀਤਾ ਸੀਗਾ। ਸੋ DSP ਸਾਹਿਬ ਦੀ ਮੌਤ ਦਾ ਦੁੱਖ ਆ, ਪਰ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਟੋ ਚਾਲਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਨੇ ਆਪਦਾ ਸਾਰਾ ਗੁਨਾਹ ਕਬੂਲ ਕਰ ਲਿਆ ਜੀ।
ਜੀ ਟਾਣਾ ਸਾਹਿਬ ਠੰਡ ਨੇ ਜ਼ੋਰ ਫੜਿਆ ਹੋਇਆ ਜੀ ਪੰਜਾਬ ਦੇ ਵਿੱਚ ਪੂਰਾ। ਬਿਲਕੁਲ ਜੀ ਬਿਲਕੁਲ, ਠੰਡ ਜ਼ੋਰਾਂ ਦੇ ਉੱਤੇ ਆ ਤੇ ਹਾਲੇ 4 ਦਿਨ ਪੰਜਾਬ ਦੇ ਵਿੱਚ ਹੋਰ ਸੀਤ ਲਹਿਰ ਬਹੁਤ ਤੇਜ਼ ਚੱਲਣੀ ਹੈ ਜੀ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ। ਮਿਹਰਬਾਨੀ ਜੀ।